ਨਹੀਂ ਮਰਵਾਣਗੇ ਤਾਂ ਅਸੀਂ ਜੋ ਸਾਡੇ ਤੋਂ ਹੋ ਸਕੇ ਅਸੀਂ ਉੱਥੇ ਜਾਵਾਂਗੇ। ਜਿਵੇਂ ਮੈਂ ਆਈ ਹਾਂ ਉਵੇਂ ਉਹਨਾਂ ਦੀਆਂ ਮਾਵਾਂ ਇੱਥੇ ਬਹਿ ਕੇ ਰੋਣ। ਮੇਰੀ ਨਿੱਕੀ ਜਿਹੀ ਕੁੜੀ ਨੂੰ ਕੌਣ ਸਾਂਭੇਗਾ ਉਹਨਾਂ ਨੇ? ਘਰ ਆ ਕੇ ਅਫਸੋਸ ਵਾਸਤੇ MLA ਸਾਹਿਬ ਅਤੇ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਨੇ ਵਰਕਰ ਨੇ ਹਮਦਰਦੀ ਪ੍ਰਗਟ ਕਰਨ ਵਾਸਤੇ ਆਏ ਹੈ। ਇਹ ਸੁਣ ਕੇ ਬੜਾ ਦੁੱਖ ਹੁੰਦਾ ਕਿ ਕਿਵੇਂ ਘਰੋਂ ਜਿਹੜੇ ਇੱਕ ਵਿਆਹ ਅਤੇ ਸ਼ੋਪਿੰਗ ਕਰਨ ਵਾਸਤੇ ਲੜਕੀ ਜਿਸ ਲੜਕੀ ਦੀ ਸ਼ਾਦੀ ਵੀ ਹੈ ਵੀ ਸੀ ਉਹ ਵੀ ਨਾਲ ਸੀ ਅਤੇ ਘਰੋਂ ਨਿਕਲਦੇ ਸਾਰ ਹੀ ਉਹਨਾਂ 'ਤੇ ਅੰਨੇਵਾਹ ਗੋਲੀਆਂ ਚਲਾਤੀਆਂ ਗਈਆਂ ਅਤੇ ਦੋ ਨੂੰ ਮੌਤ ਦੀ ਘਾਟ ਉਤਾਰਤਾ। ਬਾਕੀ ਜਿਹੜੇ ਹੈ ਉਹ ਫੱਟੜ DMC ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਅਤੇ ਇਸ ਤੋਂ ਵੱਡੀ ਦੁੱਖ ਵਾਲੀ ਹੋਰ ਕੋਈ ਗੱਲ ਹੋ ਨਹੀਂ ਸਕਦੀ। ਅੱਜ ਪੰਜਾਬ ਜਿਹੜਾ ਉਹ ਇੱਕ ਨਰਕ ਬਣ ਚੁੱਕਿਆ, ਜੰਗਲ ਰਾਜ ਹੋ ਬਣਿਆ ਹੋਇਆ ਕਿ ਕਿਸੇ ਨੂੰ ਕੋਈ ਪੁੱਛ ਗਿੱਛ ਨਹੀਂ, ਜਿੱਥੇ ਕੋਈ ਮਰਜ਼ੀ ਗੋਲੀਆਂ ਨਾਲ ਮਾਰ ਕੇ ਚਲੇ ਜਾਣ, ਲੁੱਟਾਂ ਖੋਹਾਂ ਕਰ ਲੈਣ, ਲੋਕਾਂ ਦੇ ਘਰਾਂ ਵਿੱਚ ਜਾ ਕੇ ਡਕੈਤੀਆਂ ਅਤੇ ਸ਼ਰੇਆਮ ਜਿਹੜੀ ਹੈ ਇਹ ਗੁੰਡਾਗਰਦੀ ਜਿਹੜੀ ਹੈ ਉਹ ਹੋ ਰਹੀ ਹੈ ਅਤੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ, ਉਹਨੂੰ ਕੋਈ ਦਿਸ ਹੀ ਰਿਹਾ ਕਿ ਅਸੀਂ ਕਿਵੇਂ ਸਰਕਾਰ ਚਲਾਉਣੀ। ਇਸ ਕਰਕੇ ਇਹ ਬਦਕਿਸਮਤੀ ਪੰਜਾਬ ਦੀ ਹੈ ਕਿ ਜਿਹੜੀ ਪਿਛਲੀ ਵਾਰੀ ਬਦਲਾਅ ਦੇ ਨਾਂ 'ਤੇ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਤੇ ਅੱਜ ਸਾਰੇ ਜਿਹੜੇ ਲੋਕ ਹੈ ਉਸ ਗੱਲ ਨੂੰ ਪਛਤਾ ਰਹੇ ਹੈ। ਸੋ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਅਤੇ ਉਹਨਾਂ ਦੇ ਖਿਲਾਫ਼ ਉਲਟਾ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਦੁਬਾਰਾ ਜਿਹੜੀਆਂ ਉਹ ਥਰੈਟਿੰਗ ਆਉਂਦੀਆਂ। ਸੋ ਇਸ ਤਰ੍ਹਾਂ ਦਾ ਜਦੋਂ ਮਾਹੌਲ ਪੈਦਾ ਹੋ ਜਾਂਦਾ ਤਾਂ ਫਿਰ ਮੈਂ ਸਮਝਦਾ ਕਿ ਸਾਡੀ ਵੱਡੀ ਬਦਕਿਸਮਤੀ ਹੈ ਜਿਹੜਾ ਇਹੋ ਜਿਹੀ ਸਰਕਾਰ ਨੂੰ ਆਪ ਹੀ ਜਿਹੜਾ ਚਲੇ ਜਾਣਾ ਚਾਹੀਦਾ ਹੈ, ਰਿਜ਼ਾਈਨ ਦੇ ਦੇਣਾ ਚਾਹੀਦਾ ਕਿ ਸਾਡੇ ਕੋਲ ਪੰਜਾਬ ਨਹੀਂ ਸੰਭਲਦਾ। ਅਤੇ ਦੂਜੇ ਪਾਸੇ ਜਿਹੜੀ ਅੱਜ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੀ BJP ਦੀ ਸਰਕਾਰ ਦੇਸ਼ ਚਲਾ ਰਹੀ ਹੈ ਉਹਦੇ ਵਿੱਚ ਵੀ ਬੜੀ ਮਾੜੀ ਜਿਹੜੀ ਨੀਤੀ ਉਹਨਾਂ ਨੇ ਬਣਾਈ ਹੋਈ ਹੈ ਕਿ ਅੱਜ ਜਿਹੜੀਆਂ ਫੋਰਸਿਸ ਹੈਗੀਆਂ ਚਾਹੇ ਆਰਮੀ ਹੈ ਚਾਹੇ BSF ਹੈ ਚਾਹੇ CRPF ਹੈ ਜਿਹੜੀਆਂ ਲੋਕਾਂ ਦੀ ਰਖਵਾਲੀ ਕਰਨੀ ਹੁੰਦੀ ਜਿਨ੍ਹਾਂ ਨੇ ਉਹਨਾਂ ਦੀ ਭਰਤੀ ਜਿਹੜੀ ਹੈ ਉਹਦੇ 'ਚ ਕੱਟ ਲਾ ਦਿੱਤਾ ਗਿਆ। ਆਬਾਦੀ ਵੱਧਦੀ ਜਾ ਰਹੀ ਹੈ ਅਤੇ ਭਰਤੀ ਜਿਹੜੀ ਕਰਦੀ ਜਾ ਰਹੀ ਹੈ ਅਤੇ ਕਿਸੇ 'ਤੇ ਕੋਈ ਕੰਟਰੋਲ ਨਹੀਂ ਹੈ। ਇਸ ਕਰਕੇ ਅੱਜ ਲੋੜ ਹੈ ਇਸ ਚੀਜ਼ ਨੂੰ ਸੁਪਰੀਮ ਕੋਰਟ ਮਾਣਯੋਗ ਸੁਪਰੀਮ ਕੋਰਟ ਨੂੰ ਅਸੀਂ ਤਬਦੀਲੀ ਕਰਾਂਗੇ ਕਿ ਇਹਦੇ ਵਿੱਚ ਇੰਟਰਵਿਊ ਕਰਨ ਕਿ ਜਿੰਨੀ ਆਬਾਦੀ ਵਧੀ ਹੈ ਉਨੀਆਂ ਜਿਹੜੀਆਂ ਨੌਕਰੀਆਂ ਉਹ ਵੱਧ ਕੋਰਸ ਉਹਨੀਆਂ ਵੱਧ ਹੋਣੀਆਂ ਚਾਹੀਦੀਆਂ। ਨਾਲ ਦੂਸਰੇ ਐਜੂਕੇਸ਼ਨ ਹੈ, ਹੈਲਥ ਹੈ, ਉਹਦੇ ਵਾਸਤੇ ਵੀ ਉਸ ਤਰ੍ਹਾਂ ਦੀ ਜਿਹੜੀ ਸਟ੍ਰੈਟਜੀ ਬਣਨੀ ਚਾਹੀਦੀ ਹੈ। ਪਰ ਇੱਥੇ ਸਰਕਾਰ ਜਿਹੜੀ ਹੈ ਉਹ ਕਪੜੇਬਾਜ਼ੀ ਆਪ ਤਾਂ ਕਰੀ ਜਾਂਦੇ ਪਰ ਲੋਕਾਂ ਨੂੰ ਲੈਣ ਦੇਣ ਨੂੰ ਕੁਛ ਨਹੀਂ ਹੈਗਾ। ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਹੈ ਇਹ ਫੈਸਲਾ ਤਾਂ ਕਰੀ ਬੈਠੇ ਪਰ ਉਹਨੂੰ ਵੱਧ ਤੌਣ 'ਤੇ ਹੋਣਾ। ਇਸ ਕਰਕੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਸਾਡੇ ਨੌਜਵਾਨਾਂ ਨੂੰ ਅੱਜ ਇੱਕ ਹਰ ਜਗ੍ਹਾ ਨਹੀਂ ਬਾਹਰ ਹਰੇਕ ਜਗ੍ਹਾ ਜਿੱਥੇ ਵੀ ਸੁਣਦੇ ਹਾਂ ਰੋਜ਼ ਹੀ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ। ਇਸ ਕਰਕੇ ਸਰਕਾਰ ਨੂੰ ਇਹਦੇ ਵਿੱਚ ਇੰਟਰਵਿਊ ਕਰਨਾ ਚਾਹੀਦਾ ਹੈ ਕਿ ਕਿਉਂ ਹੋ ਰਿਹਾ। ਜੇ ਇਹਨਾਂ ਨੂੰ ਨਹੀਂ ਸਰਕਾਰ ਚਲਾਈ ਜਾਂਦੀ ਤਾਂ ਫਿਰ ਇਹਨਾਂ ਨੂੰ ਪਾਸੇ ਹਟ ਜਾਣਾ ਚਾਹੀਦਾ। ਇਹ ਸਾਡੀ ਤਾਂ ਕੇਂਦਰ ਨੂੰ ਸਾਡੇ ਸੁਪਰੀਮ ਕੋਰਟ ਨੂੰ ਵੀ ਇਹੀ ਚਾਹੁੰਦੇ ਕਿ ਉਹ ਵੀ ਇਹਦੇ ਵਿੱਚ ਜਿਹੜਾ ਇੰਟਰਵਿਊ ਕਰਕੇ ਇਹ ਸਿਸਟਮ ਠੀਕ ਕੀਤਾ ਜਾਵੇ।
ਅੱਜ ਜਿਹੜਾ ਇੱਥੇ ਸ਼ੂਟ ਆਊਟ ਹੋਇਆ ਸੀ, ਚਾਰ ਬੱਚੇ ਜਿਹਦੇ 2 ਬੱਚੇ ਮਾਰੇ ਗਏ, 2 DMC ਦੇ ਵਿੱਚ ਪਏ ਆ, ਉਹਨਾਂ ਦੇ ਨਾਲ ਮੈਂ ਅਤੇ ਸਾਡੇ MP ਸਾਹਿਬ ਹਮਦਰਦੀ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਏ ਹਾਂ। ਆਹ ਦੇਖੋ ਉਹਨਾਂ ਦੀਆਂ ਮਾਤਾਵਾਂ ਨੇ, ਇਹਨਾਂ ਦਾ ਹਾਲ ਕੀ ਹੈ। ਉਹ ਮੁੰਡੇ ਜਿਹੜੇ ਸੀਗੇ ਪੰਜਾਬ ਦੇ ਸਭ ਤੋਂ ਵਧੀਆ ਬੱਚੇ ਸੀ, ਜਿਹੜੇ ਕ੍ਰਿਕਟਰ ਸੀਗੇ, ਕਦੇ ਦੁਬਈ ਖੁੱਲ੍ਹ ਕੇ ਆਉਂਦੇ ਸੀ, ਕਦੇ ਕਿਤੇ ਜਾਂਦੇ ਸੀਗੇ। ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਖਤਮ ਹੋ ਗਿਆ ਹੈ, ਕਿਉਂਕਿ ਕਿਤੇ ਕਤਲ ਹੋ ਰਹੇ ਨੇ। ਕੱਲ੍ਹ ਪਰਸੋਂ ਸਾਡੇ ਕਾਠਤੀਆ ਸੀਗਾ, ਉਹਦੇ ਗੋਲੀ ਮਾਰ ਗਏ, ਪਰਸੋਂ ਇੱਕ ਦੇ ਕਾਪੇ ਮਾਰ ਗਏ। ਪੰਜਾਬ ਦੇ ਵਿੱਚ ਕਿਤੇ ਪਟਿਆਲੇ, ਕਿਤੇ ਲੁਧਿਆਣਾ, ਕਦੇ ਕਿਤੇ ਹੋ ਰਿਹਾ। ਪੰਜਾਬ ਪੁਲਿਸ ਜਿਹੜੀ ਹੈਗੀ ਹੈ, ਇਹ ਪੰਜਾਬ ਦੀ ਪੁਲਿਸ ਨਹੀਂ, ਪੰਜਾਬ ਦੀ ਆਰਮੀ ਹੈਗੀ, ਇਹਦੇ ਹੱਥ ਬੰਨ੍ਹ ਦਿੱਤੇ ਗਏ ਨੇ। ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੀਆਂ ਨਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਬਾਰਡਰ ਡਿਸਟ੍ਰਿਕਟ ਹੈਗੇ ਆ, ਉੱਥੇ 4-4 ਬਟਾਲੀਅਨਸ ਲਗਾ ਦੇਣੀਆਂ ਚਾਹੀਦੀਆਂ, ਜਿਹੜੀਆਂ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨ, ਜੇ ਅਸੀਂ ਅੱਤਵਾਦ ਨੂੰ ਚੱਕ ਕੇ ਸਿੱਟ ਸਕਦੇ ਹਾਂ ਤਾਂ ਕੋਈ ਵੀ ਗੱਲ ਨਹੀਂ ਗੀ। ਇਉਂ ਹੀ ਇਹ ਜਿਹੜੀ ਸਰਕਾਰ ਆਈ ਹੈ, ਤੁਸੀਂ ਦੇਖ ਰਹੇ ਹੋ ਕਿ ਆਬਾਦੀ ਵੱਧਦੀ ਜਾ ਰਹੀ ਹੈ, ਆਬਾਦੀ ਆਈ ਸਾਡੀ 3.5 ਕਰੋੜ ਤੋਂ ਉੱਪਰ ਹੋ ਗਈ ਹੈ। ਪੁਲਿਸ ਦੀ ਨਫਰੀ ਜਿਹੜੀ ਹੈ ਸਾਡੀ ਘਟਦੀ ਗਈ ਹੈ। ਇਹਨਾਂ ਨੂੰ, ਪੰਜਾਬ ਗਵਰਨਮੈਂਟ ਨੂੰ ਇੱਕ ਡਿਸੀਜ਼ਨ ਲੈਣਾ ਚਾਹੀਦਾ ਕਿ ਘੱਟੋ ਘੱਟ 25,000 ਵੈਕੈਂਸੀਆਂ ਜਿਹੜੀਆਂ ਹੈਗੀਆਂ ਉਹ ਪੁਲਿਸ ਦੀਆਂ ਭਰਨੀਆਂ ਚਾਹੀਦੀਆਂ, ਅਤੇ ਆਮ ਲੋਕਾਂ ਨੂੰ ਰਾਹਤ ਮਿਲੇ। ਅੱਜ ਹਰੇਕ ਬੱਚਾ, ਹਰੇਕ ਮਾਂ, ਹਰੇਕ ਭਰਾ ਜਿਹੜਾ ਇਹਨਾਂ ਤੋਂ ਦੁਖੀ ਆ ਗਿਆ। ਨਸ਼ਾ ਜਿਹੜਾ ਹੈਗਾ ਘਰ ਘਰ ਦੇ ਵਿੱਚ ਵਿਕ ਰਿਹਾ, ਬਾਰਡਰ ਦੇ ਨਾਲ ਇਹ ਡਿਸਟ੍ਰਿਕਟ ਲੱਗਦਾ ਹੈ। ਮੈਂ ਫਿਰ ਦੇਸ਼ ਦੇ ਰਾਸ਼ਟਰਪਤੀ ਨੂੰ ਬੇਨਤੀ ਕਰੂੰਗਾ ਕਿ ਰਾਸ਼ਟਰਪਤੀ ਸਾਹਿਬਾ, ਪੰਜਾਬ ਹਿੰਦੁਸਤਾਨ ਦਾ ਦਿਲ ਹੈਗਾ, ਇਹਦੇ ਵਾਸਤੇ ਤੁਹਾਨੂੰ 4 ਬਟਾਲੀਅਨ ਹਰ ਡਿਸਟ੍ਰਿਕਟ ਦੇ ਵਿੱਚ ਭੇਜਣੀਆਂ ਚਾਹੀਦੀਆਂ ਕਿ ਨਸ਼ਿਆਂ ਨੂੰ ਬੰਦ ਕਰਾਇਆ ਜਾਏ, ਜਿਹੜੇ ਡਰੋਨਸ ਆਉਂਦੇ ਨੇ ਉਹਨਾਂ ਨੂੰ ਬੰਦ ਕਰਾਇਆ ਜਾਵੇ। ਅੱਜ ਜਿਹੜਾ ਪੰਜਾਬ ਦਾ ਹਾਲ ਹੈਗਾ, ਬੜਾ ਮਾੜਾ ਹਾਲ ਹੋ ਗਿਆ। ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਇਹਦੇ 'ਚ ਇਹ ਵੀ ਕਹਿੰਦੇ ਕਿ ਸੁਪਰੀਮ ਕੋਰਟ ਨੂੰ ਵੀ ਇੰਟਰਵਿਊ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਬਚਾਉਣਾ ਚਾਹੀਦਾ, ਜੇ ਪੰਜਾਬ ਬਚ ਗਿਆ ਤਾਂ ਸਭ ਕੁਝ ਬਚ ਗਿਆ। ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕਾਨੂੰਨ ਆਪਦਾ ਕੰਮ ਕਰੇਗਾ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ ਹੈ, ਕਾਨੂੰਨ ਆਪਦੇ ਨਾਲ ਚੱਲੇਗਾ। ਇਸ ਕਰਕੇ ਦੋਸਤੋ, ਫਿਰੋਜ਼ਪੁਰ ਵਾਲਿਓ, ਆਓ ਬਾਹਰ ਨਿਕਲੀਏ, ਡਰੋ ਨਾ, ਡਰ ਨਾਲ ਕੁਛ ਨਹੀਂ ਹੁੰਦਾ। ਜੇ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ ਤਾਂ ਅਸੀਂ ਸਾਰੇ ਮਿਲ ਕੇ ਫਿਰੋਜ਼ਪੁਰ ਨੂੰ ਵੀ ਮੇਰੀ ਉਹ ਭੈਣੋਂ ਬਚਾ ਸਕਦੇ ਹਾਂ। ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।